टूटी गांडन हार गोपाल, टूटी गांडन हार गोपाल, टूटी गांडन हार। शहीदां दी पावन धरती श्री मुक्तसर साहिब विखे 40 मुक्तियां दी याद विच शहीदी जोड़ मेल आरंभ हो गया है। अज गुरद्वारा श्री शहीद गंज साहिब विखे श्री अखंड पाठ साहिब प्रकाश होए, जिन्ह के भोग 4 तरीक नूं पाए जाएंगे। इस दे नाल ही अज श्री गुरु ग्रंथ साहिब जी की छत्र छाया हेठ 5 प्यारियां की अगवाई विच गुरद्वारा श्री टिब्बी साहिब तो नगर कीर्तन भी सजाया गया। इस नगर कीर्तन की संपूर्णता शहीदां दे सरोवर तो होंदे हुए गुरद्वारा शहीदगंज साहिब विखे पहुँच के होगी। 40 मुक्तियां की याद विच शहीदी जोड़ मेल मौके वड्डे पद्धर ते गुरमत समागम श्री मुक्तसर साहिब दी पावन धरती ते उलीके गए ने। इन्हां समागमां बाबत गुरुद्वारा साहिब दे मैनेजर सरदार रेशम सिंह वल्लों जानकारी दित्ती गई। ਇਹ ਜਿਹੜੇ ਸਮਾਗਮ ਹੈ ਇੱਕ ਕੌਮ ਵਾਸਤੇ ਬਹੁਤ ਵੱਡਾ ਪ੍ਰੇਰਣਾ ਦਾ ਸਰੋਤ ਹੈ ਅਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਕਾਫੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਉੱਥੇ ਵਿਦਾਵਾ ਲਿਖ ਕੇ ਆਏ ਸੀ ਅਨੰਦਪੁਰ ਸਾਹਿਬ, ਉਹਨਾਂ ਨੂੰ ਕਰਜ਼ਾ ਦਿਵਾਏ ਅਤੇ ਉਹਨਾਂ ਦੀਆਂ ਔਰਤਾਂ ਨੇ ਉਹਨਾਂ ਨੂੰ ਮੰਗਾਰਿਆ, ਮਾਤਾ ਭਾਵ ਕਰ ਹੋਰੀ ਉਹਨਾਂ ਦੇ ਮੂਹਰੇ ਲੱਗ ਕੇ ਆਏ, ਉਹਨਾਂ ਨੂੰ ਸ਼ਰਮ ਦਿੱਤੀ, ਲਾਂਤ ਪਾਈ, ਸਾਰੇ ਨਾਲ ਚੱਲੇ। ਫਿਰ ਬੜੀ ਸ਼ਿੱਦਤ ਦੇ ਨਾਲ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਉਹ ਲੜਾਈ ਲੜ ਕੇ ਅਤੇ ਗੁਰੂ ਸਾਹਿਬ ਤੋਂ ਆ ਕੇ ਇੱਥੇ ਵਿਦਾਵਾ ਪਾੜਿਆ। ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਸਿੰਘਾਂ ਨੇ ਜੋ ਲੜਾਈ ਕੀਤੀ, ਉਹਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇੰਨੇ ਉਹਨਾਂ ਨੇ ਜਨੂੰਨ ਦੇ ਨਾਲ, ਇੰਨੀ ਜਜ਼ਬੇ ਨਾਲ ਉਹ ਲੜਾਈ ਲੜੀ ਅਤੇ ਗੁਰੂ ਸਾਹਿਬ ਉਹਨਾਂ ਦੀ ਉੱਥੋਂ ਟਿੱਬੀ ਸਾਹਿਬ ਬੈਠੇ ਉਹਨਾਂ ਦੀ ਮਦਦ ਕਰਦੇ ਰਹੇ, ਤੀਰ ਚਲਾਏ ਗੁਰੂ ਸਾਹਿਬ ਨੇ ਵੀ ਅਤੇ ਉਹ ਜਿੱਤ ਜਿਹੜੀ ਪ੍ਰਾਪਤ ਹੋਈ ਜਦੋਂ ਆਏ ਗੁਰੂ ਸਾਹਿਬ ਅਤੇ ਉਹਨਾਂ ਨੇ ਭਾਈ ਮਹਾਂ ਸਿੰਘ ਨੂੰ, ਉਸ ਵੇਲੇ ਸਾਰੇ ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਸੀ ਅਤੇ ਭਾਈ ਮਹਾਂ ਸਿੰਘ ਸਹਿਕਦੇ ਸੀ, ਉਹਨਾਂ ਦਾ ਸਿਰ ਉਹਨਾਂ ਨੇ ਗੋਦੀ 'ਚ ਲਿਆ ਅਤੇ ਉਹਨਾਂ ਤੋਂ ਉਹਨਾਂ ਨੂੰ ਹੁਕਮ ਕੀਤਾ ਕਿ ਭਾਈ ਮਹਾਂ ਸਿੰਘ ਮੰਗੋ ਕੁਛ। ਉਹਦੇ ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ, ਜਿਹੜਾ ਵਿਦਾਵਾ ਲਿਖਿਆ ਇਹ ਵਿਦਾਵਾ ਪਾੜ ਦਿਓ। ਉਹਨਾਂ ਨੇ ਸ਼ਹੀਦੀਆਂ ਦੇ ਕੇ ਇੱਥੇ ਵਿਦਾਵਾ ਪੜਾਇਆ ਅਤੇ ਫਿਰ ਉਸ ਵੇਲੇ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਇੱਥੇ ਵਰ ਦਿੱਤਾ ਉਹਨਾਂ ਨੂੰ, ਮੁਕਤਿਆਂ ਨੂੰ, 40 ਮੁਕਤਿਆਂ ਨੂੰ ਉਹਨਾਂ ਨੂੰ ਮੁਕਤੀ ਦਾ ਵਰ ਪ੍ਰਾਪਤ ਹੋਇਆ ਅਤੇ ਜੋ ਉਸ ਵੇਲੇ ਤੋਂ ਇਹ ਖਿਦਰਾਣੇ ਦੀ ਢਾਬ ਤੋਂ ਇਹਨੂੰ ਮੁਕਤਸਰ, ਮੁਕਤੀ ਦਾ ਸਰ ਜਿਹੜਾ ਹੈ ਇਹ ਤਲਾਬ ਨੂੰ ਬਣਾਇਆ ਗਿਆ। ਅੱਜ ਸੰਗਤ ਉਦੋਂ ਮੇਰੇ ਖਿਆਲ 21 ਵਿਸਾਖ ਦਾ ਦਿਹਾੜਾ ਸੀ, 21 ਵਿਸਾਖ ਦਾ ਦਿਹਾੜਾ ਸੀ ਅਤੇ ਇਸ ਕਰਕੇ ਜਿਹੜਾ ਇਹ ਇੱਥੋਂ ਦਾ ਜੋੜ ਮੇਲਾ ਹੈ, ਸ਼ਹੀਦੀ ਵਾਲਾ ਦਿਨ ਇਹ ਸੀ ਜਿਹੜਾ ਲੜਾਈ ਦਾ ਸੀ, ਆਖਰੀ ਜੰਗ ਗੁਰੂ ਸਾਹਿਬ ਦੀ ਇਹ ਸੀ ਅਤੇ ਫਿਰ ਉਸ ਨੂੰ ਉਹਨਾਂ ਨੇ ਉਹਨਾਂ ਵੇਲਿਆਂ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਜਿਹੜਾ ਫਿਰ ਉਹ 1 ਮਾਘ ਨੂੰ ਜਿਹੜਾ ਇੱਥੋਂ ਮਾਘੀ ਦਾ ਮੇਲਾ ਮਨਾਇਆ ਜਾਂਦਾ। ਸੋ ਇਹ ਇੱਥੋਂ ਦਾ ਇਤਿਹਾਸ ਹੈ ਜਿਹੜਾ ਕਿ ਸਾਰੀ ਕੌਮ ਲਈ ਬਹੁਤ ਵੱਡਾ ਮਾਰਗ ਦਰਸ਼ਨ।